ਮੇਰੇ ਨਾਲ ਮੁੰਡੇ ਆ, ਮੇਰਾ ਕੁਛ ਨੀ ਖੜਾ ਹੁੰਦਾ ਪਰ ਇਹ ਖੜੇ ਰਹਿੰਦੇ ਨਾਲ ਤੁਹਾਡੇ। ਲਓ ਜੀ, ਬਾਬਾ ਜੀ ਕਹਿੰਦਾ ਇਹ ਜਿਹੜੇ ਨਾਲ ਮੇਰੇ ਚੇਲੇ ਚਪਟੇ ਆ ਖੜੇ ਆ, ਮੈਂ ਸਾਧ ਬੰਦਾ, ਮੇਰਾ ਕੁਛ ਵੀ ਖੜਾ ਨੀ ਹੁੰਦਾ, ਹੋ ਸਕਦਾ ਸੁੱਥਣ ਵੀ ਤਾਂ ਪਾਈ ਗਈ ਹੋਵੇ। ਰੰਗ ਬਿਰੰਗੀ ਦੁਨੀਆ, ਰੰਗ ਬਿਰੰਗੇ ਕੱਪੜੇ, ਇਹਨਾਂ ਦਾ ਬਹੁਤ ਵੱਡਾ ਕਨੈਕਸ਼ਨ। ਕੀ ਕੀ ਕਨੈਕਸ਼ਨ ਕੀ ਆ? ਆਹ ਵੇਖੋ, ਇਹ ਕੀ ਆ? ਸਾਰੀ ਦੁਨੀਆ ਖੜੀ ਆ। ਪਖੰਡਵਾਦ ਨੇ ਜ਼ੋਰ ਫੜਿਆ ਹੋਇਆ ਪੂਰਾ ਪੰਜਾਬ ਦੇ ਵਿੱਚ, ਤੇ ਅੱਜ ਉਹ ਬਾਬਾ ਸਾਹਮਣੇ ਲਿਆਵਾਂਗੇ ਜਿਹੜਾ ਉਂਗਲਾਂ ਮਾਰ ਮਾਰ ਕੇ ਗੈਸ ਦੀਆਂ ਕਾਪੀਆਂ ਦੇ ਬੀਜੇ ਲਵਾਉਂਦਾ ਸੀਗਾ। ਤੁਸੀਂ ਆ ਰਹੇ ਨੇ, ਤੁਹਾਨੂੰ ਦਿਖਾ ਰਹੇ ਆ ਮੌਕੇ ਦਾ ਸੀਨ, ਦੇਖੋ ਤੁਸੀਂ ਸਾਰੀ, ਪਹਿਲਾਂ ਡਰੈਸ ਵੇਖੋ, ਅੱਜ ਲੁੱਟਣ ਨੂੰ ਦੁਨੀਆਂ ਪਈ ਆ। ਤੁਸੀਂ ਦੇਖੋ ਜਿਹੜੇ ਨਾਲ ਵੇਖੋ, ਚਾਰ ਪੰਜ ਉਹ ਨੌਜਵਾਨ ਆਏ ਆ ਜੇ ਹੱਟੇ ਕੱਟੇ ਨੇ, ਕੰਮ ਕਾਰ ਕਰ ਸਕਦੇ ਨੇ। ਦੋ ਮਿੰਟ ਗੱਲਬਾਤ ਆ ਜਿਹੜੀ ਕਰਨੀ ਆ ਬਾਬਾ ਜੀ, ਆਓ ਇੱਥੇ ਆਓ ਜੀ, ਦੇਖੋ ਦੇਖੋ ਤੁਸੀਂ ਹਜੇ ਹੁਣ ਇਹ ਚੀਜ਼ ਤੁਸੀਂ ਦੇਖਣੀ ਆ ਜਿਹੜੀਆਂ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ, ਬਹੁਤ ਜ਼ਿਆਦਾ ਕੌੜੀਆਂ ਹੋਣਗੀਆਂ, ਬਹੁਤ ਸਾਰੀਆਂ ਜਿਹੜੀਆਂ ਮਿਰਚਾਂ ਲੱਗਣੀਆਂ। ਕੀ ਹਾਲ ਚਾਲ ਨੇ ਬਾਬਾ ਜੀ? ਬਹੁਤ ਵਧੀਆ। ਇਸ ਬਾਬੇ ਤੇ ਬਲੇਮ ਲੱਗਿਆ, ਪਹਿਲੀ ਵਾਰੀ ਕੈਮਰੇ ਦੇ ਸਾਹਮਣੇ ਆਏ ਆ, ਤੁਹਾਡੇ ਤੇ ਬਲੇਮ ਲੱਗੇ ਆ ਜੀ ਬਹੁਤ ਸਾਰੇ, ਕਿ ਤੁਸੀਂ ਬਹੁਤ ਸਾਰਾ ਗਲਤ ਕਰ ਰਹੇ। ਰੱਬ ਦੇ ਬੰਦਿਆਂ ਤੇ ਬਲੇਮ ਹੀ ਲੱਗਦੇ ਜੀ। ਲਓ ਜੀ, ਰੱਬ ਦੇ ਬੰਦੇ ਇਹ ਨੇ ਜਿਨ੍ਹਾਂ ਤੇ ਬਲੇਮ ਲੱਗਦੇ ਰਹਿੰਦੇ। ਰੱਬ ਦੇ ਬੰਦੇ ਕਿਹੜੇ ਪਾਸਿਓ? ਇਧਰੋਂ, 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 ਇਧਰੋਂ। ਬਾਬਾ ਕਹਿੰਦਾ ਉੱਤੋਂ ਲੈ ਕੇ ਪੈਰਾਂ ਤੱਕ ਮੈਂ ਰੱਬ ਦਾ ਬੰਦਾ। ਆ ਤੁਸੀਂ ਪਹਿਲਾਂ ਡਰੈਸ ਦਾ ਕੀ ਕੋਡ ਵਾੜ ਆ ਤੁਸੀਂ? ਇਹ ਇਹ ਮੈਨੂੰ ਗੱਲ ਦੱਸੋ, ਆ ਜਿਹੜਾ ਕੁੜਤਾ, ਕੁੜਤਾ ਤੁਸੀਂ ਚਿੱਟੇ ਰੰਗ ਦਾ ਪਾਇਆ? ਇਹ ਕੁੜਤਾ ਚਿੱਟੇ ਰੰਗ ਦਾ ਪਾਇਆ, ਇਹ ਨਾ ਮਰਦ ਦੀ ਨਿਸ਼ਾਨੀ, ਮਰਦ ਦੀ ਨਿਸ਼ਾਨੀ ਆ, ਤੇ ਥੱਲੇ ਜਿਹੜੀ ਸੁੱਥਣ ਪਾਈ ਆ ਬਾਬਾ ਜੀ, ਇਹ ਮੇਰੇ ਜਜ਼ਬਾਤ ਆ ਜਿਹੜੇ ਕੰਟਰੋਲ ਹੁੰਦੇ ਆ, ਕੰਟਰੋਲ ਹੁੰਦੇ ਆ। ਕੁੜਤਾ ਕਹਿੰਦਾ ਮਰਦ ਦੀ ਨਿਸ਼ਾਨੀ ਆ, ਪਾਈ ਹੋਈ ਲੱਤਾਂ 'ਚ ਸੁੱਥਣ ਕਹਿੰਦਾ ਇਹ ਜਜ਼ਬਾਤਾਂ ਤੇ ਕਾਬੂ ਰੱਖਦੀ ਆ। ਇਹ ਕੀ ਕਾਬੂ ਰੱਖਦੀ ਹੈ ਜਜ਼ਬਾਤਾਂ ਦੇ ਬਾਬਾ? ਇਹ ਕਸਿਆ ਰਹਿੰਦਾ ਸਮਾਂ। ਇਹ ਮਰਦ ਦੀ ਨਿਸ਼ਾਨੀ ਹੋ ਗਈ ਕੁੜਤਾ, ਇਹ ਸੁੱਥਣ ਦੀ ਕੀ ਕਰਾਂ ਮਾਤਾ? ਸੁੱਥਣ ਦੀ ਵੇਖੋ, ਜਦੋਂ ਮੈਂ ਬਹਿਣਾ ਹੁੰਦਾ ਆਪਦੇ ਰੱਬ ਨੂੰ ਯਾਦ ਕਰਦਾ, ਤੇ ਲੋਕ ਮੇਰੇ ਕੋਲ ਆਉਂਦੇ ਆ, ਬੁੜੀਆਂ ਕੁੜੀਆਂ ਜਵਾਨ ਉਮਰ ਦੀਆਂ ਆਉਂਦੀਆਂ, ਇਹ ਜਜ਼ਬਾਤਾਂ ਨੂੰ ਕਾਬੂ ਕਰਦਾ, ਸਿਸਟਮ ਮੇਰਾ ਆਪਦੇ ਆਪ ਚ ਕਸਿਆ ਰਹਿੰਦਾ ਥੋੜਾ। ਲਓ ਜੀ, ਬਾਬੇ ਨੇ ਇੱਕ ਨਵੀਂ ਗੱਲ ਦੱਸੀ ਆ। ਮੈਂ ਕਹਿੰਦਾ ਜਿੰਨੇ ਵੀ ਬਲਾਤਕਾਰ ਕਰਨ ਦੀ ਸੋਚਦੇ ਆ ਘਟਗਾ ਸੋਚ ਰੱਖਦੇ ਆ। ਬਾਬਾ ਕਹਿੰਦਾ ਸੁੱਥਣ ਪਾਓ, ਜਜ਼ਬਾਤ ਕਾਬੂ ਰਹਿੰਦੇ ਆ, ਕਿਉਂਕਿ ਜਦੋਂ ਸਾਰਾ ਐਂਗਲ ਉਂਗ ਕਾਬੂ ਰਹਿਣਾ ਤੇ ਜਜ਼ਬਾਤ ਆਪੇ ਕਾਬੂ ਰਹਿਣਾ। ਬਾਬੇ ਨੇ ਗੱਲ ਕਹੀ, ਤੁਹਾਡੇ ਤੇ ਬਲੇਮ ਲੱਗਿਆ, ਜਿਹੜੇ ਤੁਹਾਡੇ ਨਾਲ ਰਹਿਣ ਵਾਲੇ ਨੇ ਜਾਂ ਜਿਹੜੀਆਂ ਕੁੜੀਆਂ ਇੱਥੇ ਚੱਲ ਕੇ ਆਉਂਦੀਆਂ ਸੀ, ਉਹ ਕਹਿੰਦੇ ਵੀ ਕਹਿਣ ਨੂੰ ਬੇਸ਼ੱਕ ਉਹ ਰੱਬ ਦਾ ਬੰਦਾ, ਬੇਸ਼ੱਕ ਬੜੇ, ਇਹ ਸਿਰਫ ਤੇ ਸਿਰਫ ਇੱਕ ਪਖੰਡ ਕੀਤਾ ਹੋਇਆ। ਹਾਂ, ਅਸੀਂ ਪਖੰਡ ਕਰਦੇ ਹਾਂ, ਉਹਨਾਂ ਦੀ ਸੋਚ ਆ, ਸਾਨੂੰ ਪਤਾ ਅਸੀਂ ਕੀ ਚੀਜ਼ ਆ, ਅਸੀਂ ਸਿੱਧੇ ਜੁੜੇ ਹੋਏ ਆ। ਸੁੱਤੇ ਕਿੱਥੇ? ਉੱਤੇ। ਉੱਤੇ ਕਿੱਥੇ? ਉਹ ਸਾਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ। ਕਹਿੰਦੇ ਦੁਨਿਆਵੀ ਲੋਕਾਂ ਨੂੰ ਪਤਾ ਨਹੀਂ ਹੁੰਦਾ, ਬਾਬਾ ਕਹਿੰਦਾ ਅਸੀਂ ਉੱਤੇ ਜੁੜੇ ਹੋਏ ਆ। ਇਹ ਜਿਹੜੇ ਹਾਰ ਬਾਬਾ ਜੀ, ਹਾਰ ਵੀ ਪਾ ਕੇ ਰੱਖਦੇ ਹੋ? ਇਹ ਪਿਆਰ ਆ ਜੀ ਲੋਕਾਂ ਦਾ। ਅੱਛਾ, ਇਹ ਤਾਂ ਆ ਸਾਡਾ ਮੁੰਡਾ, ਇਹਨੇ ਲੈ ਕੇ ਪਾਤੇ। ਕੀ ਕੰਮ ਹੋਇਆ ਤੇਰਾ, ਕੋਈ ਕੰਮ ਹੋਇਆ? ਮੈਂ ਵੀਜ਼ਾ ਲਵਾਇਆ ਕੈਨੇਡਾ ਦਾ, ਬਾਬਾ ਕਹਿੰਦਾ ਜਲਦੀ ਆ ਜਾਓ ਥੋੜੇ ਦਿਨਾਂ, ਤਾਂ ਹੀ ਮੈਂ ਉਹਨੇ ਦਿਨ ਬਾਬੇ ਦੇ ਜੀ ਨਾਲ ਹੀ। ਬਾਬੇ ਦੇ ਨਾਲ ਰਹਿਣਾ, ਇਹ ਉਹ ਬੰਦਾ ਜੀ ਸੇਵਾ ਕਰਨੀ ਆ ਜੀ, ਭਰ ਕੇ ਰੱਜ ਕੇ, ਰੱਜ ਕੇ। ਹਾਂਜੀ। ਅੱਛਾ, ਕਿੰਨੀਆਂ ਪੜ੍ਹਿਆ ਤੂੰ? ਮੈਂ ਜੀ 12 ਪੜ੍ਹਿਆ, ਹੁਣ ਆਈਲੈਟਸ ਕੀਤੀ ਆ ਜੀ, ਹੁਣ ਬਾਬੇ ਤੋਂ ਫਾਇਲ ਲਵਾਈ ਆ ਜੀ। ਅੱਛਾ, ਬਾਬੇ ਦੀ ਕਰਾਮਾਤ? ਹਾਂਜੀ, ਬਾਬੇ ਦੀ, ਬਾਬੇ ਦੀ ਕਰਾਮਾਤ ਆ। ਕਹਿੰਦਾ ਬਾਬੇ ਨੇ ਫਾਇਲ ਲਵਾ ਕੇ ਦਿੱਤੀ ਆ, ਤੂੰ ਆਈਲੈਟਸ ਕੀਤੀ ਆ, ਪੜ੍ਹਿਆ ਹੋਏਗਾ, ਤੈਨੂੰ ਵਿਸ਼ਵਾਸ ਨਹੀਂ ਵੀ ਬੈਂਡ ਆਉਣਗੇ, ਮੈਂ ਪੜ੍ਹਾਈ ਕੀਤੀ ਆ। ਬੈਂਡ ਤਾਂ ਆ ਗਈ, ਬਾਕੀ ਬਾਬੇ ਤੇ ਨਾ ਜੀ, ਬਾਬੇ ਨੇ ਵੀਜ਼ਾ ਲਵਾਇਆ, ਆਪਣਾ ਹੱਥ ਆ। ਇਹਦਾ ਵਾਲ ਦਾ ਵਿੰਗਦਾ ਵੀ ਹੋਰ ਦਿੰਦੇ ਤੇਰੇ ਮਾਂ ਪਿਓ ਦੇ ਹੱਥ ਹੈ ਨਹੀਂ ਸਿਰ ਤੇ ਰੱਖਣ ਨੂੰ ਬਾਬਾ ਜੀ, ਉਹਨਾਂ ਦੇ ਵੀ ਬਾਬਾ ਜੀ ਉਹਨਾਂ। ਲਓ ਜੀ, ਹੁਣ ਤੁਸੀਂ ਦੇਖੋ, ਇਹ ਕਹਿੰਦਾ ਕਿ ਮੇਰੇ, ਦੇਖੋ ਮੈਨੂੰ ਲੱਗਦਾ ਬਾਬੇ ਦੇ ਜਜ਼ਬਾਤ ਹਿਲਦੇ ਜਾ ਰਹੇ ਆ। ਬਾਬਾ ਮੁੰਡੇ ਨੂੰ ਮਿੱਠੀਆਂ ਕਰੀ ਜਾ ਰਿਹਾ, ਤੁਸੀਂ ਤਾਂ ਕਹਿੰਦੇ ਜਜ਼ਬਾਤ ਕਾਬੂ ਕੀਤੇ। ਪਿਆਰ ਆ ਜੀ ਸਾਡਾ, ਪਿਆਰ।
ਵੱਖਰੀ ਗੁਫਾ ਕਮਰਾ ਵੀ ਬਣਿਆ ਵਾ ਨਹੀਂ ਇਹ ਤੁਸੀਂ ਅੰਦਰ ਨਾ ਜਾਓ ਥੋੜਾ ਅੰਦਰ ਨਾ ਜਾਓ ਕਹਿੰਦੇ ਬਾਰੇ ਬਾਰ ਹੁਣ ਬਾਬੇ ਦੇ ਗੱਲ ਚ ਇਸ ਮੁੰਡੇ ਨੇ ਹਾਰ ਪਾਇਆ ਸੱਚਮੁੱਚ ਅਸੀਂ ਹੀ ਲੋਕ ਆ ਜਿਹੜੇ ਇਹਦਾ ਬੀਜਾ ਲਵਾਇਆ ਨਹੀਂ ਦੱਸਦੇ ਆ ਜੀ ਇਹ ਹਾਰ ਅਸੀਂ ਹੀ ਪਾਉਣੇ ਆ ਇਹਨਾਂ ਦੇ ਪਰ ਤੁਸੀਂ ਇਹ ਗੱਲ ਦੱਸੋ ਵੀ ਕੀ ਇਹ ਇਸ ਹਾਰ ਦੇ ਹੱਕਦਾਰ ਆ ਇਹ ਬਾਬੇ ਕਿ ਕਿਸੇ ਹੋਰ ਹਾਰ ਦੇ ਹੱਕਦਾਰ ਆ ਇਹ ਤੁਸੀਂ ਦੱਸਣਾ ਅੱਛਾ ਤੁਹਾਨੂੰ ਪੱਕਾ ਯਕੀਨ ਆ ਵੀ ਬੀਜਾ ਲੱਗ ਜਾਣਾ ਹਾਂਜੀ ਹਾਂਜੀ ਮੈਨੂੰ ਪੂਰਾ ਭਰੋਸਾ ਜੀ ਬਾਬਾ ਜੀ ਦੀ ਮਿਹਰ ਆ ਹਾਂਜੀ ਮੇਰਾ ਬੀਜਾ ਆਊਗਾ ਜੀ ਤੁਸੀਂ ਲਵਾਓਗੇ ਬਾਬਾ ਜੀ ਬੀਜਾ ਲੱਗ ਗਿਆ ਜੀ ਬੀਜਾ ਬੀਜਾ ਮੇਰੀ ਗੱਲ ਹੋ ਗਈ ਹੋ ਗਈ ਕਿੱਥੇ ਕਿੱਥੇ ਗੱਲ ਹੋਈ ਤੁਹਾਡੀ USA USA ਗੱਲ ਹੋ ਗਈ ਆ ਕਹਿੰਦਾ ਸਿੱਧੀਆਂ ਤਾਰਾਂ ਤੁਹਾਨੂੰ ਤਾਂ ਮੈਂ ਸੁਣਿਆ ਆਪ ਨੂੰ ਥਾਈਲੈਂਡ ਦਾ ਬੀਜਾ ਨਹੀਂ ਮਿਲਿਆ ਨਹੀਂ ਮਿਲਿਆ ਸੀ ਮੈਂ ਆਪ ਨਹੀਂ ਗਿਆ ਕਿਉਂਕਿ ਸਾਨੂੰ ਸੋਭਾ ਨਹੀਂ ਦਿੰਦਾ ਥਾਈਲੈਂਡ ਅੱਛਾ ਹੋਰ ਕਿੱਥੇ ਜਾਣਾ ਤੁਸੀਂ ਅਸੀਂ ਸਿੰਗਾਪੁਰ ਜਾਵਾਂਗੇ ਮੈਨੂੰ ਬਾਹਰਲੀਆਂ ਕੰਟਰੀਆਂ ਜਾਣਦੇ ਆ ਜਿਵੇਂ ਬੀਕਾਨੇਰ ਤੁਸੀਂ ਖੋਲ ਲਾ ਭਾਈ ਮੈਸੇਜ ਬੀਜਾ ਆਇਆ ਪਿਆ ਤੇ ਬੀਜਾ ਤਾਂ ਕਹਿੰਦੇ ਫਿਰ ਰਿਫਿਊਜ਼ਲ ਆ ਜਾਂਦੀਆਂ ਨਹੀਂ ਉਹਨਾਂ ਦੀ ਸ਼ਰਧਾ ਹੁੰਦੀ ਹੈ ਜੇ ਵੇਖੋ ਮੈਂ ਤਾਂ ਆਪਦੇ ਵੱਲੋਂ ਪੂਰਾ ਕੰਮ ਕਰਦਾ ਰੱਬ ਨੂੰ ਯਾਦ ਕਰਦਾ ਉਹਨਾਂ ਦਾ ਕੰਮ ਮੈਂ ਐ ਕਰਦਾ ਠੀਕ ਹੈ ਪਰ ਕਈ ਵਾਰੀ ਅਗਲਾ ਸੋਚਦਾ ਹੋਰ ਆ ਤੇ ਕਰਦਾ ਹੋਰ ਆ ਫਿਰ ਉਹ ਜੀ ਉਹਨੂੰ ਮਿਲ ਜਾਂਦੀ ਆ ਸਾਡੇ ਚ ਕੋਈ ਕਮੀ ਨਹੀਂ ਬਾਬਾ ਜੀ ਕਹਿੰਦੇ ਮੇਰੇ ਵਿੱਚ ਕਮੀ ਕੋਈ ਨਹੀਂ ਕਿਉਂਕਿ ਜਿਹੜੀ ਮੈਂ ਗੱਲਬਾਤ ਕਰਕੇ ਦਿੰਦਾ ਕਹਿੰਦਾ ਮੈਂ ਤਾਂ ਪੂਰੀ ਰੱਬ ਨਾਲ ਤਾਰਾਂ ਜੋੜ ਕੇ ਕੰਮ ਕਰਕੇ ਦਿੰਦਾ ਪਰ ਅਗਲੇ ਦੀ ਸ਼ਰਧਾ ਕੱਚੀ ਨਿਕਲ ਜਾਂਦੀ ਕੋਈ ਹੁਣ ਵੀ ਪਾਸਪੋਰਟ ਪਿਆ ਤੁਹਾਡੇ ਕੋਲ ਲੈ ਮੁੰਡੇ ਆ ਵੇਖੋ ਇਹਦੇ ਤੇ ਘੋਟੇ ਮੋਟੇ ਮਾਰਦੇ ਮੈਨੂੰ ਇਹ ਲੱਗਦਾ ਵੀ ਬਾਬਾ ਕੋਰਾ ਹੀ ਅਨਪੜ੍ਹ ਅਸਲ ਦੇ ਵਿੱਚ ਇਹ ਪਾਸਪੋਰਟ ਨਹੀਂ ਇਹ ਬੈਂਕ ਦੀ ਕਾਪੀ ਹੈ ਬੈਂਕ ਦੀ ਕਾਪੀ ਤੇ ਬਾਬੇ ਨੇ ਝਰੋਟਾ ਮਾਰਤੀਆਂ ਸੀ ਤੁਹਾਡੇ ਲੱਗਦਾ ਚੇਲੇ ਵੀ ਠੀਕ ਨਹੀਂ ਦੇਖੋ ਕਈ ਵਾਰੀ ਮਿਸਟੇਕ ਹੋ ਜਾਂਦੀ ਮਿਸਟੇਕ ਤੁਸੀਂ ਦੇਖੋ ਆ ਦੇਖੋ ਤੁਸੀਂ ਦੇਖੋ ਕਹਿੰਦੇ ਕਿ ਪਾਸਪੋਰਟ ਤੇ ਲਕੀਰਾਂ ਮਾਰ ਕੇ ਅਸੀਂ ਜਿਹੜੀਆਂ ਦਿੰਨੇ ਆ ਤੇ ਕਾਪੀ ਨਿਕਲੀ ਆ ਵਿੱਚੋਂ ਬੈਂਕ ਦੀ ਉਹਦੇ ਤੇ ਬਾਬੇ ਨੇ ਝਰੀਟਾ ਮਾਰ ਕੇ ਪਾਸਪੋਰਟ ਬਣਾ ਕੇ ਦੇ ਦਿੱਤਾ ਤੁਹਾਨੂੰ ਨਹੀਂ ਲੱਗਦਾ ਵੀ ਲੋਕਾਂ ਨੂੰ ਤੁਸੀਂ ਗੁਮਰਾਹ ਕਰਦੇ ਹੋ ਨਹੀਂ ਗੁਮਰਾਹ ਨਹੀਂ ਕਰਦੇ ਅਸੀਂ ਬਸ ਫੁੱਦੂ ਬਣਾਉਂਦੇ ਆ ਉਹ ਕੀ ਕਹਿੰਦੇ ਹੁੰਦੇ ਆ ਉਹਨੂੰ ਪਿਆਰ ਆ ਲੋਕਾਂ ਦਾ ਸਾਡੇ ਪਿਆਰ ਪਿਆਰ ਆ ਤੁਹਾਡੇ ਨਾਲ ਤੇਰਾ ਬਸ ਕਰ ਹੋਣਾ ਬਹੁਤ ਹੋ ਗਿਆ ਕੀ ਬਹੁਤ ਹੋ ਗਿਆ ਚਲੋ ਤੁਸੀਂ ਦੇਖੋ ਇਹ ਕੱਲੇ ਜ਼ਿੰਮੇਦਾਰ ਨਹੀਂ ਆ ਲੋਕ ਆ ਸਾਡੇ ਨੌਜਵਾਨ ਜਿਹੜੇ ਇੱਥੇ ਜਾਂਦੇ ਆ ਇਹ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਤੁਸੀਂ ਦੇਖੋ ਇਹ ਵੀ ਨਹੀਂ ਇੱਕ ਮਿੰਟ ਗੱਲ ਕਰਨੀ ਆ ਬਾਈ ਜੀ ਨਹੀਂ ਇੱਕ ਮਿੰਟ ਇੱਕੋ ਮਿੰਟ ਦੋ ਮਿੰਟ ਨਹੀਂ ਬਾਬਾ ਜੀ ਤੁਸੀਂ ਕਹੋ ਗੱਲ ਕਰਨੀ ਆ ਦੋ ਮਿੰਟ ਰੁਕ ਜਾਓ ਦੋ ਮਿੰਟ ਵੀਰੇ ਦੋ ਮਿੰਟ ਗੱਲਬਾਤ ਹੋਊਗੀ ਜਿਹੜੀ ਹੋਊਗੀ ਗੱਲਬਾਤ ਦੋ ਮਿੰਟ ਤਾਂ ਗੱਲਬਾਤ ਸਾਨੂੰ ਕਰਨੀ ਪਊਗੀ ਹਾਂ ਦੋਨੇ ਨੇ ਗੱਲ ਬਾਬਾ ਜੀ ਦੋ ਮਿੰਟ ਗੱਲਬਾਤ ਕਰਕੇ ਜਾਓ ਸਿਰਫ ਦੋ ਚਾਰ ਮਿੰਟ ਵੇਖੋ ਭਜਦੇ ਨੇ ਕਿਤੇ ਨਾ ਕਿਤੇ ਕਿਨਾਰਾ ਕੀਤਾ ਜਾ ਰਿਹਾ ਪਰ ਗੱਲਬਾਤ ਆਪਾਂ ਕਰਕੇ ਜਾਵਾਂਗੇ ਜਿਹੜੀ ਗੱਲਬਾਤ ਹੋਊਗੀ ਤੁਸੀਂ ਪਹਿਲਾਂ ਬਾਬਾ ਜੀ ਦਾ ਡਰੈਸ ਕੋਡ ਦੇਖੋ ਵੀ ਕੀ ਇਹ ਡਰੈਸ ਕੋਡ ਦੇ ਵਿੱਚ ਕੀ ਇਹ ਰੱਬ ਨੂੰ ਮਿਲੇ ਹੋਏ ਨੇ ਤੁਸੀਂ ਦਿਖਾਓ ਸਾਰੀ ਚੀਜ਼ ਦਿਖਾਓ ਮੈਂ ਕਹੂੰ ਕੈਮਰਾਮੈਨ ਨੂੰ ਕਰਕੇ ਨੇੜੇ ਦਿਖਾਓ ਸਾਰੇ ਜਜ਼ਬਾਤ ਤੁਸੀਂ ਦੇਖੋ ਕੀ ਡਰੈਸ ਕੋਡ ਆ ਅੱਛਾ ਬਾਬਾ ਜੀ ਤੁਸੀਂ ਇਹ ਵੀ ਗੱਲ ਕਹੀ ਕਿ ਆਖਰਕਾਰ ਜਿਹੜੇ ਇਹ ਮਰਦ ਦੀ ਨਿਸ਼ਾਨੀਆਂ ਥੱਲੇ ਜਜ਼ਬਾਤ ਕਾਬੂ ਜਿਹੜੀ ਫਿਰ ਆਹ ਚੀਜ਼ ਕਰ ਲਈ ਗੰਦੇ ਹੱਥ ਨਾ ਲਾਓ ਤੁਸੀਂ ਮੰਨ ਲਿਆ ਵੀ ਇਹ ਚਿੱਟਾ ਕੁੜਤਾ ਪਜਾਇਆ ਥੱਲੇ ਜਿਹੜੀ ਸੁੱਥਣ ਪਾਈਏ ਇਹਦਾ ਕੀ ਕੰਮ ਆ ਬਾਬਾ ਜੀ ਨਹੀਂ ਹੱਥ ਨੂੰ ਕਿਹੜਾ ਅਸੀਂ ਧੋਣ ਨੂੰ ਯਾਰ ਅਸੀਂ ਕਿਹੜਾ ਕੁਛ ਚਲਮ ਸੂਟਾ ਪੀਤਾ ਵੀ ਦੱਸੋ ਕੋਈ ਨੀ ਹੱਥ ਲੱਗਿਆ ਦੱਸਣਾ ਤਾਂ ਹੈਗਾ ਹੀ ਕਾਹਦੇ ਲਈ ਸੌ ਕੰਮ ਆਉਂਦਾ ਹੱਥ ਗਲਤ ਥਾਂ ਤੇ ਲਾਦੇ ਇਹਨੂੰ ਹੱਥ ਨਾ ਲਾਓ ਬਾਬਾ ਜੀ ਕਾਹਦੇ ਲਈ ਜਿਹੜੇ ਪਾਪ ਕਰਦੇ ਆ ਨਾ ਲੋਕ ਜਿਹੜੇ ਕਾਲਾ ਧਨ ਜਾਂ ਕਾਲੀ ਕਮਾਈ ਕਰਦੇ ਆ ਨਸ਼ਾ ਪੱਤਾ ਕੁਛ ਮਤਲਬ ਕਾਲਾ ਕਰਦੇ ਬਸ ਇਹ ਜਦੋਂ ਮੈਂ ਪਾਇਆ ਸੀ ਨਾ ਉਹਦੇ ਚਿੱਟਾ ਸੀ ਇਹ ਹੁਣ ਕਾਲਾ ਹੋ ਗਿਆ ਉਹਨਾਂ ਦਾ ਜਿਹੜਾ ਪਾਪ ਆ ਗਏ
ਉਹ ਮੈਂ ਲਿਆ ਸਿਰ ਤੇ। ਆ ਵੇਖੋ ਭਾਰ ਬਹੁਤ ਜ਼ਿਆਦਾ ਭਾਰ ਇਹਦਾ। ਬਾਬਾ ਕਹਿੰਦਾ ਜਦੋਂ ਮੈਂ ਪਾਇਆ ਸੀ, ਜਦੋਂ ਮੈਂ ਇਹ ਲਿਆ ਸੀ ਪਰਨਾ ਗੱਲ ਦੇ ਵਿੱਚ ਪਾਇਆ ਸੀ, ਚਿੱਟਾ ਸੀ, ਲੋਕਾਂ ਦੇ ਕਾਲੇ ਧੰਦੇ ਇੰਨੇ, ਪਾਪ ਇੰਨੇ ਜ਼ਿਆਦਾ ਵੱਧ ਗਿਆ, ਸਾਰੇ ਪਾਪ ਮੈਂ ਆਪਦੇ ਸਿਰ ਤੇ ਲੈ ਲਿਆ, ਇਹ ਗੱਲ ਇਹਨਾਂ ਦੀ ਕਹਿਣੀ ਹੈ। ਕੀ ਇਹਦੇ ਚ ਸੱਚਮੁੱਚ ਭਾਰ ਆ ਬਾਬਾ ਜੀ? ਆ ਹੁਣੀ ਤੁਹਾਨੂੰ ਰਿਜ਼ਲਟ ਵਿਖਾ ਦਿੰਦਾ। ਰਿਜ਼ਲਟ ਵਿਖਾਇਆ ਜਾ ਰਿਹਾ, ਕਰਾਵਾਂ ਜਿਹੜਾ ਸਹਾਰ ਲੈਣਾ ਇਹਨੂੰ, ਪਰ ਕਿਸੇ ਤੋਂ ਸਮਝਦਾ ਨੀ। ਆ ਵੇਖੋ ਤੁਸੀਂ, ਆ ਮੈਂ ਆਪਦੇ ਚੇਲੇ ਤੇ ਰੱਖ ਦਿੰਦਾ। ਨਵੇਂ ਚੇਲੇ ਬਣੇ ਨੇ ਬਾਬੇ ਦੇ, ਤਪੱਛਿਆ ਘੱਟ ਆ ਹਜੇ। ਇਹ ਆਉਣ ਵਾਲੀ ਪੀੜ੍ਹੀ ਆਪਣੀ ਇਹਨਾਂ ਦੀ ਆ, ਇਹਨਾਂ ਮੁੰਡਿਆਂ ਚੋਂ ਇੱਕ ਨੂੰ ਦੇਊਂਗਾ ਮੈਂ। ਅੱਛਾ, ਤੁਸੀਂ ਆਪ ਕਿੰਨਾ ਪੜ੍ਹੇ? ਅਨਪੜ੍ਹਾਂ ਮੈਂ ਤਾਂ। ਜਮਾ ਜਮਾ ਫਿਰ ਤੁਸੀਂ ਕਿਵੇਂ ਇਸ ਪਾਸੇ ਪੈ ਗਏ ਕਿ ਤੁਹਾਨੂੰ ਇਹ ਲੱਗਿਆ ਵੀ ਇਹੀ ਕੰਮ ਠੀਕ ਆ? ਨਹੀਂ, ਮੈਂ ਸੇਵਾ ਬਹੁਤ ਕੀਤੀ ਹੈ, ਜਿਵੇਂ ਆਹ ਮੁੰਡੇ ਮੇਰੀ ਸੇਵਾ ਕਰ ਰਹੇ, ਆਹ ਮੁੰਡਾ ਬਹੁਤ ਸੇਵਾ ਕਰਦਾ। ਵਾਹ ਵਾਹ, ਵੇਖੋ ਵਾਰੀ ਵਾਰੀ ਪੈਰਾਂ ਦੇ ਵਿੱਚ ਪਿਆ ਜਾ ਰਿਹਾ ਬਾਬੇ ਦੇ। ਵਾਹ ਵਾਹ, ਦੇਖੋ ਤੁਸੀਂ ਸ਼ਰਧਾ ਸ਼ਰਧਾ ਦੇਖੋ। ਨਹੀਂ ਹੁਣ ਲੋਕ ਤੁਹਾਡੇ ਵਾਸਤੇ ਬਹੁਤ ਮਾੜਾ ਚੰਗਾ ਵੀ ਬੋਲਦੇ ਆ, ਲੋਕ ਬੋਲੀ ਜਾਣ, ਅਸੀਂ ਸਹੀ ਆ, ਸਾਨੂੰ ਪਤਾ। ਇੱਕ ਮਿੰਟ ਜੀ, ਬਸ ਇੱਕ ਮਿੰਟ ਜੀ ਜੀ। ਲੋਕ ਬਸ ਉਹ ਕਿਹੜਾ, ਅਸੀਂ ਕਿਹੜਾ ਉਹਨਾਂ ਕੋਲ ਜਾਂਦੇ ਆ, ਉਹ ਆਪ ਆਉਂਦੇ ਸਾਡੇ ਕੋਲ। ਠੀਕ ਆ, ਘਰੇ ਦਾ ਤੂੰ ਸੱਦਣ? ਮੈਂ ਘਰੇ ਜਾਂਦਾ ਸੱਦਣ। ਠੀਕ ਆ, ਲੋਕ ਮੇਰੀਆਂ ਚੱਕ ਕੇ ਵੀਡੀਓ ਪਾ ਦਿੰਦੇ ਆ ਵੀ ਹਾਂ ਵੀ ਸਾਡਾ ਆਹ ਕੰਮ ਹੋ ਗਿਆ, ਆਹ ਕੰਮ ਹੋ ਗਿਆ। ਲੋਕ ਸ਼ਰਧਾ ਲੈ ਕੇ ਆਉਂਦੇ ਸਾਡੇ ਕੋਲ, ਅਸੀਂ ਆਪ ਨੀ ਜਾਂਦੇ, ਨਾ ਮੈਂ ਇਹਨੂੰ ਭੇਜਦਾ, ਨਾ ਇਹਨੂੰ ਭੇਜਦਾ, ਨਾ ਇਹਨੂੰ ਭੇਜਦਾ। ਤੈਨੂੰ ਮੈਂ ਲੈ ਕੇ ਆਇਆ? ਨਹੀਂ, ਆਪ ਆਇਆ ਤੂੰ? ਹਾਂਜੀ, ਮੈਂ ਫੋਨ ਆ ਰਿਹਾ ਜੀ। ਟਿਕਟ ਸਾਹਿਬ ਚੁੱਪ ਕਰੋ। ਹੈਲੋ, ਹਾਂਜੀ ਮੰਤਰੀ ਸਾਹਿਬ। ਅੱਛਾ, ਵੀਜ਼ਾ ਲਵਾਉਣਾ? ਕੋਈ ਨਾ, ਪਾਸਪੋਰਟ ਭਾ ਦਿਓ, ਮਾਰ ਦੂੰਗਾ ਸਰ। ਲਓ ਜੀ, ਬਾਬਾ ਜੀ ਨੂੰ ਲੀਡਰਾਂ ਦੇ ਵੀ ਫੋਨ ਆਉਂਦੇ ਨੇ ਵੀਜ਼ਾ ਲਵਾਉਣ ਦੇ ਵਾਸਤੇ। ਬਾਬਾ ਜੀ ਕਹਿੰਦੇ ਅਸੀਂ ਕੋਈ ਲੋਕਾਂ ਨੂੰ ਘਰੋਂ ਨਹੀਂ ਸੱਦਣ ਜਾਂਦੇ, ਅਸੀਂ ਕੋਈ ਲੋਕਾਂ ਦੇ ਨਾਲ ਗੱਲਬਾਤ ਨਹੀਂ ਕਰਦੇ, ਵੀ ਸਾਡੇ ਕੋਲ ਹੀ ਚੱਲ ਕੇ ਆਓ, ਸਾਡੇ ਕੋਲੇ ਲੋਕ ਆਪ ਮਹਾਰੇ ਹੁੰਦੇ। ਤੁਸੀਂ ਮੰਨਦੇ ਹੋ ਇਹ ਚੀਜ਼ ਨੂੰ? ਮੰਨਦੇ ਆ। ਹਾਂਜੀ, ਕਲਾਕਾਰ ਆ ਜਿਹੜੇ ਸਾਡੇ ਸਿਰ ਤੇ ਬਣੇ ਆ, ਜੇ ਉਹ ਆ ਕੇ ਇੱਥੇ ਗਾਉਂਦੇ ਆ ਫੇਰ ਬਣਦੇ ਆ, ਵੈਸੇ ਨਹੀਂ ਬਣਦੇ। ਕਿਹੜੇ ਕਲਾਕਾਰ ਆਉਂਦੇ ਤੁਹਾਡੇ ਕੋਲੇ? ਤੁਹਾਨੂੰ ਪਤਾ ਹੀ ਆ, ਜਿਹੜੇ ਨਵੇਂ ਕਲਾਕਾਰ ਉੱਠੇ ਆ ਹਿੱਟ ਹੋਣ ਵਾਸਤੇ ਸਾਡੇ ਕੋਲ ਹੀ ਆਉਂਦੇ ਆ। ਬਸ ਉਹ ਇੱਕ ਵਾਰੀ ਆ ਕੇ ਬਸ ਗਾ ਲਿਆ ਤੇ ਹਿੱਟ ਹੋ ਗਿਆ ਬਸ। ਲਓ ਜੀ, ਬਹੁਤ ਸਾਰੇ ਕਲਾਕਾਰ ਆਉਂਦੇ ਆ, ਠੀਕ ਆ, ਉਹਨਾਂ ਦਾ ਰੁਜ਼ਗਾਰ ਆ, ਉਹਨਾਂ ਨੇ ਆਪਦਾ ਮਿਹਨਤ ਵੀ ਲੈਣੀ ਆ, ਪਰ ਇਹ ਕਹਿੰਦੇ ਵੀ ਬਹੁਤ ਸਾਰੇ ਕਲਾਕਾਰ ਸਾਡੇ ਹੀ ਇਹਨਾਂ ਸਥਾਨਾਂ ਤੇ ਆ ਕੇ ਹਿੱਟ ਹੋਏ ਆ, ਸਾਡੇ ਹੀ ਇੱਥੇ ਆਉਂਦੇ ਆ। ਪਰ ਕੁੜੀਆਂ ਦੇ ਬਹੁਤ ਸਾਰੇ ਬਲੇਮ ਲੱਗਦੇ ਆ ਵੀ ਤੁਸੀਂ ਗਲਤ ਕੀਤਾ, ਇਸ ਤਰੀਕੇ ਨਾਲ ਕੀਤਾ ਜੀ। ਦੋ ਮਿੰਟ ਸਰ ਜੀ, ਮੈਨੂੰ ਲੱਗਦਾ ਵੀ ਇਹਦਾ ਕੁਝ ਜ਼ਿਆਦਾ ਖਾਧਾ, ਬਾਬਾ ਹਜੇ ਸ਼ਾਂਤ ਆ, ਇਹਨੇ ਪਤਾ ਨਹੀਂ ਕਿੱਥੇ ਜਾਣਾ। ਪਰਸਨਲ ਕੰਮ ਦੱਸੋ ਬਾਬਾ ਜੀ, ਇਹਨਾਂ ਨੂੰ ਰੋਕੋ ਤੁਸੀਂ, ਮਾੜਾ ਮੰਨਦੇ ਨਹੀਂ ਤੁਹਾਡੀ ਗੱਲ। ਜੇ ਉਹ ਇਹੋ ਜਿਹੀਆਂ ਕੁੜੀਆਂ, ਕੋਈ ਵੀ ਸਿਸਟਮ ਆ ਨਾ, ਆਪਾਂ ਇਹੋ ਜਿਹੇ ਹੈ ਨਹੀਂ ਕੰਮ ਚ, ਆਪਾਂ ਗਲਤ। ਬਾਬਾ ਜੀ ਨੇ ਪਹਿਲਾਂ ਹੀ ਦੱਸਤਾ ਸੀਗਾ, ਜਜ਼ਬਾਤ ਕਾਬੂ ਆ, ਜਜ਼ਬਾਤ ਕਾਬੂ ਆਪਣੇ, ਗਲਤ ਬਲੇਮ ਲਗਾਏ ਤੁਹਾਡੇ ਤੇ, ਗਲਤ ਲੋਕ ਫੇਮ ਭਾਲਦੇ ਆ ਸਾਡੇ ਨਾਲ, ਫੇਮ ਭਾਲਦੇ ਆ। ਬਾਬੇ ਦੇ ਚੇਲੇ ਵੀ ਬਾਬੇ ਦੀ ਪੂਰੀ ਸਪੋਰਟ ਡਟ ਕੇ ਕਰ ਰਹੇ ਆ, ਪਰ ਦੇਖਣਾ ਤੇ ਇਹ ਹੋਊਗਾ ਕਿ ਜੇਕਰ ਕਲਾਕਾਰ ਜਾਂਦੇ ਆ, ਉਹਨਾਂ ਦਾ ਰੁਜ਼ਗਾਰ ਆ, ਉਹਨਾਂ ਨੂੰ ਤੁਸੀਂ 1,00,000 ਰੁਪਇਆ ਰੇਟ ਆ, 2,00,000 ਆ, ਕਿਸੇ ਵੀ ਕਲਾਕਾਰ ਨੂੰ ਸੱਦ ਲਓ, ਲੈ ਲਓ, ਠੀਕ ਆ। ਮੈਂ ਮੰਨ ਲਓ ਉਹਨਾਂ ਨੂੰ ਭਲਾਂ ਤੁਸੀਂ ਇਹਨਾਂ ਦੇ ਮੇਲਿਆਂ ਤੇ ਸੱਦ ਲਓ, ਭਲਾਂ ਜਗਰਾਤਿਆਂ ਤੇ ਸੱਦ ਲਓ, ਭਲਾਂ ਨਗਰ ਕੀਰਤਨਾਂ ਤੇ ਸੱਦ ਲਓ, ਕਿਤੇ ਸੱਦ ਲਓ, ਉਹਨਾਂ ਨੇ ਉਹ ਕੰਮ ਆਪਦਾ ਕਰਨਾ ਹੀ ਕਰਨਾ, ਕਿਉਂਕਿ ਉਹਨਾਂ ਦਾ ਕਿੱਤਾ ਹੈਗਾ। ਅਗਲੀ ਗੱਲ ਲੈ ਲਓ, ਲੀਡਰ, ਲੀਡਰਾਂ ਨੇ ਤਾਂ ਜਾਣਾ ਹੀ ਉੱਥੇ ਹੁੰਦਾ ਜਿੱਥੇ ਹਜੂਮ ਇਕੱਠ ਹੁੰਦਾ, ਠੀਕ ਆ, ਜਿੱਥੇ ਭੀੜ ਇਕੱਠੀ ਹੁੰਦੀ ਹੈ, ਜਿੱਥੇ ਉਹਨਾਂ ਦਾ ਇੱਕ ਬੋਰਡ ਰਾਜ ਹੁੰਦਾ। ਤਾਂ ਹੀ ਕਰਕੇ ਇਹਨਾਂ ਬਾਬਿਆਂ ਦੇ ਨਾਲ ਜਿਹੜੀ ਲੀਡਰਾਂ ਦੀ ਉੱਠਣੀ ਬੈਠਣੀ ਬਹੁਤ ਬਹੁਤ ਜ਼ਿਆਦਾ ਹੁੰਦੀ ਹੈ। ਤੁਸੀਂ ਬਾਬਾ ਜੀ ਕਿੰਨਾ ਚਿਰ ਤਪੱਛਿਆ ਕੀਤੀ ਹੈ? ਹੁਣੇ ਵੀ ਕਰੀ ਜਾਂਦੇ। ਅੱਛਾ, ਹੁਣ ਖੜੇ ਤਪੱਛਿਆ ਕਰੀ ਜਾਂਦੇ? ਅੱਖਾਂ ਵੇਖ ਲਾ ਮੇਰੀਆਂ, ਹੁਣ ਵੀ ਕਰੀ ਜਾਂਦਾ। ਅੱਛਾ, ਇੱਕ ਹੋਰ ਚੀਜ਼ ਬਹੁਤ ਚੱਲਦੀ ਹੈ ਤੁਹਾਡੇ, ਜਿਵੇਂ ਇੱਥੇ ਸਥਾਨਾਂ ਦੇ ਉੱਤੇ ਚਲਮਾ ਸੂਟੇ, ਇਹ ਚੀਜ਼ਾਂ ਬਹੁਤ ਚੱਲਦੀਆਂ। ਇਹ ਬਾਹਰ ਤੁਸੀਂ ਪੋਸਟਰ ਵੇਖ ਲਓ, ਪੜਾਇਆ ਨਹੀਂ ਪੋਸਟਰ ਹੋਏ, ਬਾਹਰ ਪੋਸਟਰ ਲੱਗਿਆ ਕੀ ਲਿਖਿਆ, ਸਿਗਰਟ ਬੀੜੀ ਦਾਰੂ ਇੱਥੇ ਪੀ ਕੇ ਮਾਣ ਹੈ ਹੁਣ।
ਤੇ ਫਿਰ ਮਗਰਲੇ ਪਾਸੇ ਤੇ ਪੀ ਜਾਂਦੇ ਹੁੰਦੇ। ਕੌਣ ਪੀ ਜਾਂਦਾ ਉਹ ਪ੍ਰਸ਼ਾਦ? ਕੌਣ ਪੀ ਜਾਂਦਾ ਜੀ? ਹੈ ਮਸਤੀ ਆ, ਉਹ ਕਈ ਪੀ ਲੈਂਦੇ ਹੁਣ। ਹਾਂ ਪੀਂਦੇ ਕਈ? ਉਹ ਕਈ ਕੀ ਵਿੱਚ ਬਾਬਾ ਉਹ ਮੇਰਾ ਧਿਆਨ ਨਹੀਂ ਰਹਿੰਦਾ, ਉਹ ਪੀ ਲੈਂਦੇ ਆ। ਨਹੀਂ ਕਦੇ ਕਦੇ ਇਹ ਚੀਜ਼ਾਂ ਨੂੰ ਪ੍ਰਸ਼ਾਦ ਰੂਪ ਮੰਨਦੇ ਹੋ ਤੁਸੀਂ? ਸਾਡੇ ਵੱਡੇ ਵੱਡੇ ਰੇ ਕਰਦੇ ਰਹੇ ਆ, ਸਾਰਾ ਕੁਝ ਕਰਦੇ ਰਹੇ ਆ, ਹੈ ਖਾਂਦੇ ਰਹੇ ਖਾਂਦੇ ਰਹੇ। ਮੈਂ ਜੀ ਮਸਤੀ ਯਾਰ ਆਪਣਾ ਤਰ੍ਹਾਂ ਜੋੜਨਾ ਉਵੇਂ ਜੁੜ ਜਾਂਦਾ ਉਹਦੇ ਨਾਲ ਜੁੜ ਜਾਂਦੀ। ਅੱਛਾ ਇਹ ਸੁੱਖਾਂ ਚਿਲਮ ਸੂਟਾ, ਵਾਹ ਵਾਹ ਵੇਖੋ ਚਿਲਮ ਸੂਟਾ ਇਹ ਸ਼ਰਾਬ ਇਹ ਨਸ਼ਾ ਕਰਕੇ ਤੁਸੀਂ ਮੰਨਦੇ ਹੋ ਵੀ ਰੱਬ ਨਾਲ ਤਾਰਾਂ ਜੁੜਦੀਆਂ ਤੁਹਾਡੀਆਂ? ਜੁੜਦੀਆਂ ਸਿੱਧੀਆਂ ਜੁੜਦੀਆਂ। ਸ਼ਰਾਬ ਨੂੰ ਕੌਣ ਨਸ਼ਾ ਕਹਿੰਦਾ ਜੀ? ਸ਼ਰਾਬ ਨੀ ਨਸ਼ਾ ਹੈਗਾ, ਹੋਰ ਸੱਭਿਆਚਾਰ ਨਸ਼ਾ ਮੰਨਦੇ ਹੋ? ਨਹੀਂ ਸ਼ਰਾਬ ਨੂੰ ਸਾਡੇ ਮਤਲਬ ਇੱਥੇ ਸਿਸਟਮ ਚ ਜੇ ਸ਼ਰਾਬ ਬੰਦ ਕਰਾਉਣੀ ਹੈ ਤਾਂ ਤੁਸੀਂ ਬਾਹਰ ਵੀ ਕਰਾਓ, ਸਾਨੂੰ ਕਿਉਂ ਕਹਿੰਦੇ? ਹੁਣ ਤੁਸੀਂ ਇਹ ਚੀਜ਼ ਵੇਖੋ, ਬਾਬਾ ਜੀ ਕਹਿੰਦੇ ਕਿ ਜਿਹੜੇ ਜੇ ਅਸੀਂ ਚਿਲਮ ਪੀਏ ਸੂਟਾ ਪੀਏ ਸ਼ਰਾਬ ਪੀਏ ਜਰਦਾ ਲਾਈਏ ਇਹਦੇ ਨਾਲ ਰੱਬ ਦੇ ਨਾਮ ਨਾਲ ਤਾਰਾਂ ਜੁੜਦੀਆਂ, ਪਰ ਤੁਸੀਂ ਕੋਈ ਵੀ ਧਾਰਮਿਕ ਗ੍ਰੰਥ ਪੜ੍ਹ ਲਓ ਉੱਥੇ ਇਹ ਗੱਲ ਨਹੀਂ ਕਹੀ ਜਾਂਦੀ। ਆਮ ਸਮੇਂ ਪੁਰਾਣੀਆਂ ਧਾਰਨਾ ਪੜ੍ਹਦੇ ਹੁੰਦੇ ਸੀ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਵੀ, ਜਿਹਨੂੰ ਨਾਮ ਦੀ ਖੁਮਾਰੀ ਚੜੀ ਉਹਨੂੰ ਹੋਰ ਨਸ਼ੇ ਦੀ ਲੋੜ ਨਹੀਂ ਪੈਂਦੀ। ਫਿਰ ਜਿੰਨਾ ਚਿਰ ਜਦੋਂ ਨਸ਼ਾ ਉਤਰ ਜਾਂਦਾ ਉਸ ਤੋਂ ਬਾਅਦ ਫਿਰ ਕੀ ਵੀ ਉਸ ਤੋਂ ਬਾਅਦ ਦੁਬਾਰਾ ਫਿਰ ਪੀਂਦੇ ਹੋ? ਉਤਰ ਲੈਂਦੇ ਹੀ ਨਹੀਂ ਮੁੰਡੇ ਮੇਰੇ ਨਾਲ ਆ ਜਿਹੜੇ, ਉਹਨੇ ਤਿਆਰ ਰੱਖਦੇ ਆ ਕੱਢਾ ਜੀ ਆਹ ਕੱਢ। ਇਹ ਕੀ ਆ ਬਾਬਾ ਜੀ? ਲਓ ਜੀ ਇੱਕ ਵੱਖਰੀ ਕਿਸਮ ਦੀ ਕਰੀਮ ਆ ਬਾਬਾ ਜੀ ਕੋਲ, ਇਹ ਕਿੱਥੋਂ ਮੰਗਾਈ ਬਾਬਾ ਜੀ ਕਰੀਮ? ਕਿੱਥੋਂ? ਇਹ ਤਾਂ ਬਾਹਰੋਂ ਆਈ ਹੈ। ਬਾਹਰੋਂ ਆਈ ਆ? ਇਹ ਇਹੋ ਜਿਹਾ ਮੁੰਡਾ ਸੀਗਾ ਜਿਹਨੂੰ ਬਾਹਰ ਭੇਜਿਆ ਸੀ ਮੈਂ, ਉਹਨੇ ਭੇਜੀ ਆ, ਕਹਿੰਦਾ ਇਹ ਬਹੁਤ ਆ। ਡੱਬਾ ਭੇਜੂਗਾ ਜੀ ਜੋ ਮੇਰਾ ਵੀਜ਼ਾ ਆ, ਡੱਬਾ ਭੇਜ ਦੂ ਡੱਬਾ ਡੱਬਾ ਕਰੀਮਾਂ ਦਾ ਬਾਬੇ ਦਾ ਚੇਲਾ ਇਹਨੂੰ ਭੇਜੂਗਾ ਕਿ ਬਾਬਾ ਜੀ ਉਹਨੂੰ ਸੁੰਘਦੇ ਰਹਿਣ ਤੇ ਉੱਥੋਂ ਸ਼ਕਤੀਆਂ ਪ੍ਰਦਾਨ ਹੋਣੀਆਂ, ਉੱਥੋਂ ਹੀ ਤੁਹਾਡੇ ਜਿਹੜੇ ਬੀਜੇ ਲੱਗਣਾ। ਕਿਤੇ ਮੈਂ ਵੀ ਸੁਣਿਆ ਗਿਆ ਜਿਹੜਾ ਤੁਹਾਡਾ ਪਿਛੋਕੜ ਆ ਤੇ ਇਹ ਮੰਨਿਆ ਗਿਆ ਕਿ ਤੁਹਾਡੇ ਜਿਹੜੇ ਮਦਰ ਫਾਦਰ ਸੀ ਉਹ ਇੱਕ ਦਿਹਾੜੀ ਕਰਦੇ ਸੀ ਜਾਂ ਮਜ਼ਦੂਰੀ ਕਰਦੇ ਜਾਂ ਥੋੜਾ ਬਹੁਤਾ ਕੰਮ ਕਰਦੇ ਸੀ, ਤੁਸੀਂ ਇਸ ਪਾਸੇ ਕਿਉਂ ਆਏ? ਕੀ ਕੰਮ ਨਹੀਂ ਹੋਇਆ ਤੁਹਾਡੇ ਕੋਲ? ਕੰਮ ਹੋਇਆ ਨਹੀਂ ਮੈਥੋਂ, ਇੱਧਰ ਪੈਸਾ ਬਹੁਤ ਆ। ਨਾਲੇ ਹਰੇਕ ਆ ਕੇ ਲੀਡਰ ਪੈਰੀ ਹੱਥ ਲਾਉਂਦਾ, ਸਿੰਗਰ ਪੈਰੀ ਹੱਥ ਲਾਉਂਦਾ, ਕਿਹੜਾ ਬੰਦਾ ਨੀ ਜਿਹੜਾ ਪੈਰੀ ਹੱਥ ਨੀ ਲਾਉਂਦਾ? ਤੁਹਾਡੀ ਤਪੱਛਾ ਅੱਗੇ ਝੁਕਦੇ ਆ। ਹਾਂ ਜੰਮਦਾ ਬੱਚਾ ਵੀ ਮੇਰੇ ਪੈਰੀ ਹੱਥ ਲਾਉਂਦਾ। ਪਰ ਕੁੜਤਾ ਇਹ ਵੀ ਕਿਸੇ ਵੱਡ ਵਡੇਰੇ ਨੇ ਦੱਸਿਆ ਤੁਹਾਨੂੰ? ਪੱਤਰਕਾਰ ਬਾਬਾ ਜੀ ਨਾਲ ਬਕਵਾਸ ਨਹੀਂ ਕਰੋ। ਬਕਵਾਸ ਨਹੀਂ ਵੀਰੇ, ਨਹੀਂ ਇਹ ਇਹ ਗੱਲ ਪੁੱਛਣੀ ਹੈ, ਬਕਵਾਸ ਕਾਹਦੀ ਹੈ? ਫਿਰ ਲੀੜੇ ਦੱਸਿਆ ਕੀ ਪਾਉਣ ਦਾ ਹੁੰਦਾ ਹੋਇਆ ਯਾਰ? ਤੁਸੀਂ ਦੇਖੋ ਲੈ ਵਿਰੋਧ ਕਰਦੇ ਆ ਚੇਲੇ। ਨਹੀਂ ਆ ਅਸੀਂ ਲੀੜੇ ਤਾਂ ਨਹੀਂ, ਆ ਕੀ ਬਾਬਾ ਜੀ ਤੁਸੀਂ ਦੱਸੋ ਆ ਡਰੈਸ ਕੋਡ ਕੀ ਹੋ ਗਿਆ ਤੁਹਾਡਾ ਪਾਉਣਾ ਲੀੜਿਆਂ ਦਾ? ਉਹ ਯਾਰ ਤੁਹਾਨੂੰ ਦੱਸਿਆ ਰਹੇਗਾ ਵੀ ਉਹ ਥੱਲਿਓਂ ਕੰਟਰੋਲ ਆ ਸਿਸਟਮ, ਉੱਤੋਂ ਜਿਹੜਾ ਇਹ ਮਰਦ ਦੀ ਨਿਸ਼ਾਨੀ ਆ, ਆ ਜਿਹੜਾ ਹੈਗਾ ਲੋਕਾਂ ਦੇ, ਇਹ ਲੋਕਾਂ ਦੇ ਪਾਪ ਆ ਜਿਹੜੇ ਉਹ ਸਾਰੇ ਸਿਰ ਤੇ ਲਏ ਹੋਏ ਕਾਲਾ ਧੰਨ। ਨਹੀਂ ਇੱਕੋ ਇੱਕੋ ਮਿੰਟ ਦੇ, ਬਸ ਜਾਣੇ ਆ ਕੋਈ ਗੱਲ ਨਹੀਂ। ਨਾਲ ਨਾਲ ਇਹ ਵੀ ਦੱਸੋ ਬਾਬਾ ਜੀ ਆਖਿਰਕਾਰ ਇਹ ਡਰੈਸ ਕੋਡ ਦਾ ਇੰਨਾ ਰੰਗ ਬਿਰੰਗਾ ਜਿਹੜਾ ਸਿਸਟਮ ਕੀਤਾ ਵੇ, ਰੰਗ ਬਿਰੰਗੇ ਸਿਸਟਮ ਦਾ ਕੀ ਮਹੱਤਵ ਕੀ ਹੈ ਇਹਦਾ? ਰੰਗ ਬਿਰੰਗੀ ਦੁਨੀਆ, ਰੰਗ ਬਿਰੰਗੇ ਕੱਪੜੇ, ਇਹਨਾਂ ਦਾ ਬਹੁਤ ਵੱਡਾ ਕਨੈਕਸ਼ਨ। ਕੀ ਕੀ ਕਨੈਕਸ਼ਨ ਕੀ ਆ? ਆਹ ਵੇਖੋ ਇਹ ਕੀ ਆ, ਸਾਰੀ ਦੁਨੀਆ ਖੜੀ ਆ ਇੱਥੇ ਹੀ। ਹੁਣ ਤੁਸੀਂ ਬਾਬੇ ਦੇ ਜਜ਼ਬਾਤ ਵੇਖੋ, ਬਾਬਾ ਕਹਿੰਦਾ ਇੱਥੇ ਇੱਥੇ ਦੁਨੀਆ ਖੜੀ ਆ। ਫੁੱਲ ਕਿਹੜਾ ਬਣਿਆ? ਫੁੱਲ ਦੀ ਗੱਲ ਕੀਤੀ ਆ ਮੈਂ, ਜਿੰਨੇ ਇਹ ਫੁੱਲ ਬਣੇ ਇੰਨੇ ਪ੍ਰਕਾਰ ਦੀ ਦੁਨੀਆ ਮੰਨਦੇ ਹੋ? ਇਹ ਤੋਂ ਵੱਧ ਕੀ ਆ? ਇਹ ਤੋਂ ਵੱਧ ਕੀ? ਬਾਬਾ ਕਹਿੰਦਾ ਜਿੰਨੇ ਫੁੱਲ ਮੇਰੀ ਸੁੱਥਣ ਦੇ ਵਿੱਚ ਆ ਇਦੋਂ ਵੱਧ ਰੰਗ ਬਿਰੰਗੀ ਦੁਨੀਆ। ਕਹਿੰਦਾ ਸਰ ਇੱਕ ਮਿੰਟ ਰੁਕ ਜਾਓ, ਇੱਕੋ ਮਿੰਟ ਗੱਲਬਾਤ ਕਰਨੀ ਆ। ਬਾਬਾ ਕਹਿੰਦਾ ਜਿੰਨੇ ਮੇਰੀ ਸੁੱਥਣ ਦੇ ਵਿੱਚ ਫੁੱਲ ਆ ਇੰਨੀ ਰੰਗ ਬਿਰੰਗੀ ਦੁਨੀਆ, ਤੇ ਸਾਰੀ ਦੁਨੀਆ ਕਹਿੰਦਾ ਮੈਂ ਇਸੇ ਫੁੱਲਾਂ ਦੇ ਵਾਂਗ ਕਹਿੰਦਾ ਬੰਨ ਕੇ ਰੱਖੀ ਵੀ ਆ ਜਿਹੜੇ ਮੇਰੇ ਕੋਲ ਆਉਂਦੇ, ਜਿਹੜੇ ਤੁਹਾਡੇ ਕੋਲ ਲੋਕ ਆਉਂਦੇ ਉਹਨਾਂ ਨੂੰ ਬੰਨ ਕੇ ਰੱਖਿਆ ਬਾਬਾ। ਭਾਈ ਫਿਰ ਵੀ ਮਾੜਾ ਤਾਂ ਤੁਹਾਨੂੰ ਆਖਿਰਕਾਰ ਕਿਹਾ ਹੀ ਗਿਆ, ਮਾੜੇ ਸ਼ਬਦ ਲਿਖੀ ਪੀੜ੍ਹੀ ਆ ਉਹ ਜਾਗਰੂਕ ਆ, ਉਹ ਸਮਝਦੀ ਵੀ ਇਹ ਸਿਰਫ ਤੇ ਸਿਰਫ ਇੱਕ ਪਖੰਡ ਹੈ, ਕਿਤੇ ਇੱਕ ਮਖੌਟਾ ਪਾਇਆ ਗਿਆ, ਜਿਹੜੇ ਤੁਹਾਡੇ ਨਾਲ ਰਹੇ ਜਿਹੜੇ ਤੁਹਾਡੀਆਂ ਗੱਲਾਂ ਨੂੰ ਜਾਣਦੇ ਨੇ ਠੀਕ ਆ, ਉਹਨਾਂ ਨੇ ਤੁਹਾਡੇ ਭੇਦ ਖੋਲੇ ਆ। ਜੇ ਸਾਰੇ ਲੋਕ ਮੈਨੂੰ ਪਿਆਰ ਕਰਦੇ ਆ, ਦੋ ਉਹਨਾਂ ਦੇ ਵਿੱਚ ਟੰਗ ਅੜਾਉਂਦੇ ਆ, ਗਲਤ ਬੋਲਦੇ ਆ, ਮੈਂ ਮਾੜਾ ਹੋ ਗਿਆ?
ਆ ਮੇਰੇ ਨਾਲ ਮੁੰਡੇ ਆ, ਮੇਰਾ ਕੁਛ ਨੀ ਖੜਾ ਹੁੰਦਾ ਪਰ ਇਹ ਖੜੇ ਰਹਿੰਦੇ ਨਾਲ ਤੁਹਾਡੇ। ਲਓ ਜੀ, ਬਾਬਾ ਜੀ ਕਹਿੰਦਾ ਇਹ ਜਿਹੜੇ ਨਾਲ ਮੇਰੇ ਚੇਲੇ ਚਪਟੇ ਇਹ ਖੜੇ ਆ, ਮੈਂ ਸਾਧ ਬੰਦਾ, ਮੇਰਾ ਕੁਛ ਵੀ ਖੜਾ ਨਹੀਂ ਹੁੰਦਾ, ਹੋ ਸਕਦਾ ਸੁੱਥਣ ਵੀ ਤਾਂ ਪਾਈ ਗਈ ਹੋਵੇ। ਬਾਬਾ ਜੀ ਕਹਿੰਦਾ ਮੈਂ ਬਿਲਕੁਲ ਸਹੀ ਹਾਂ, ਕੋਈ ਵੀ ਇੱਦਾਂ ਦੀ ਗੱਲਬਾਤ ਆ ਜਿਹੜੀ ਉਹ ਨਹੀਂ ਹੋ ਰਹੀ, ਕਹਿੰਦਾ ਮੇਰੇ ਤੇ ਸਾਰੇ ਗਲਤ ਬਲੇਮ ਜੀ, ਤੁਹਾਡੇ ਕੋਈ ਡਾਕਟਰੀ ਮਿਲਾਉਣਾ ਕਰਾਈਏ ਕਰਾ ਲਓ। ਸਾਧ ਬੰਦੇ ਨਿਕਲੋਗੇ? ਸਾਧ ਹੀ ਹਾਂ ਮੈਂ, ਸਿਸਟਮ ਮੈਂ ਕਹੀ ਜਾਂਦਾ ਮੇਰਾ ਕੁਛ ਖੜਾ ਨਹੀਂ ਹੁੰਦਾ, ਮੇਰਾ ਸਾਰਾ ਕੁਛ ਖਤਮ ਖਾਤਮ ਆ। ਇਹ ਅਸਲ ਦੇ ਸਿੱਧਾ ਜੁੜਿਆ ਹੋਇਆ ਉੱਤੇ, ਬਸ ਉਹਦੇ ਨਾਲ ਗੱਲਾਂ ਕਰ ਲੈਣਾ ਚਾਰ, ਬਸ ਉਹਨਾਂ ਨਾਲ ਗੱਲਾਂ ਕਰ ਲੈਣਾ, ਤੇ ਇਹਨਾਂ ਨੂੰ ਕਿਉਂ ਰੱਖਿਆ, ਇਹਨਾਂ ਤੋਂ ਕੀ ਕਰਾਉਣਾ, ਤੇ ਇਹ ਜਿਹੜੀ ਦੁਨੀਆਦਾਰੀ ਆਉਂਦੀ ਆ ਇਹ ਸਮਝਦੇ ਆ, ਇਹ ਜਿਹੜੇ ਛਿੱਟੇ ਛਿੱਟੇ ਮਾਰ। ਬਾਬਾ ਜੀ ਨੇ ਇਹ ਗੱਲ ਕਿਹਾ ਕਿ ਮੇਰੀਆਂ ਗੱਲਾਂ ਸਿਰਫ ਉੱਪਰ ਹੁੰਦੀਆਂ, ਤਾਰਾਂ ਜੁੜੀਆਂ ਹੁੰਦੀਆਂ, ਤੇ ਕੇਵਲ ਆਹ ਜਿਹੜੇ ਨਾਲ ਰੱਖਿਆ ਇਹ ਛਿੱਟੇ ਮਾਰਦੇ ਆ, ਬਿਲਕੁਲ ਚਾਪਲੂਸੀ ਅਸੀਂ ਕਰਦੇ ਹਾਂ, ਇਹਦੇ ਵਿੱਚ ਕੋਈ ਹੱਦ ਨਹੀਂ, ਚਾਹੇ ਕੋਈ ਇੱਦਾਂ ਦੇ ਬਾਬੇ ਹੋਣ। ਹੁਣ ਇਹ ਤਾਂ ਕਹਿੰਦੇ ਵੀ ਸਾਡੀ ਤਪੱਛਿਆ, ਹੁਣ ਨਾਲ ਦੇ ਚੇਲੇ ਚਪਟੇ ਪੂਰਾ ਬੋਲਦੇ ਆ ਇਹ ਮੁੰਡੇ ਦਾ ਵੀਜ਼ਾ ਜਿਹੜਾ ਕੈਨੇਡਾ ਦਾ ਲੱਗ ਰਿਹਾ, ਇਹਨੇ ਆਈਲੈਟਸ ਕੀਤੀ ਹੈ ਕੀ। ਬਾਬਾ ਜੀ ਲੋਰ ਚਾਹ ਰਹੇ ਆ ਬਾਬਾ ਜੀ, ਟਾਈਮ ਹੋ ਗਿਆ ਭਗਤੀ ਦਾ ਟਾਈਮ ਆ ਕਹਿੰਦੇ ਹੋ ਰਿਹਾ ਬਾਬਾ ਜੀ, ਕੋਈ ਗੱਲ ਪੁੱਛੋ। ਬਾਬਾ ਜੀ ਕਹਿ ਰਹੇ ਨੇ ਕੋਈ ਮਰਜ਼ੀ ਗੱਲਬਾਤ ਪੁੱਛੋ, ਪਰ ਹੁਣ ਤੁਸੀਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਤੁਹਾਡੇ, ਇਹ ਕੀ ਆ ਬਾਬਾ ਜੀ, ਆਹ ਕੀ ਸੀ, ਇੱਕ ਮਿੰਟ ਜੀ, ਆਹ ਕੀ ਸੀ ਬਾਬਾ ਜੀ, ਇੱਥੇ ਆਹ ਕੀ ਸੀ ਬਾਬਾ ਜੀ, ਆਹ ਕੀ ਚੱਲ ਰਿਹਾ ਨਾਲ ਨਾਲ, ਇਹ ਕੀ ਹੈ ਜੀ, ਪਾਰ ਹੋ ਗਿਆ ਤੇਰਾ ਬੇੜਾ, ਹਾਂ ਵਿਊ ਫੋਲੋਅਰ ਲਾਈਕ ਲਓ, ਇੱਥੇ ਤੁਸੀਂ ਵੇਖੋ, ਇੱਥੇ ਧੁੱਪਾਂ 'ਚ ਖੜ ਕੇ ਵੀਡੀਓ ਬਣਾਉਣੀਆਂ ਪੈਂਦੀਆਂ, ਮਿਹਨਤ ਕਰਨੀ ਪੈਂਦੀ ਹੈ, ਤੇ ਬਾਬੇ ਨੇ ਐਂ ਕਰਤਾ ਕਹਿੰਦਾ ਤੁਹਾਡੇ ਵਿਊ ਲਾਇਕ ਵਧਣਗੇ, ਇਹ ਤਾਂ ਹੁਣ ਜਨਤਾ ਨੇ ਦੱਸਣਾ ਵੀ ਇਹ ਬਾਬਿਆਂ ਦੇ ਪੱਲੇ ਕੀ ਆ। ਅੱਛਾ ਤੁਸੀਂ ਇੱਕ ਗੱਲ ਦੱਸੋ, ਤੂੰ ਦੱਸੇਗਾ ਕੱਲ ਨੂੰ ਜਦੋਂ ਤੇਰੇ ਫੋਲੋਅਰ ਦੁੱਗਣੇ ਹੋਣਗੇ। ਨਹੀਂ ਨਹੀਂ ਤੁਸੀਂ ਇੱਕ ਗੱਲ ਦੱਸੋ ਮੈਨੂੰ, ਇਹ ਗੱਲ ਮੈਂ ਪੁੱਛਣੀ ਆ ਤੁਹਾਨੂੰ, ਤੁਹਾਨੂੰ ਸਾਈਂ ਦਾ ਮਹੱਤਵ ਪਤਾ, ਪਰਿਭਾਸ਼ਾ ਕੀ ਹੁੰਦੀ ਆ ਪਤਾ, ਪਰਿਭਾਸ਼ਾ ਦੱਸ ਰਿਹਾ, ਇਹ ਤਾਂ ਸ਼ਬਦਾਵਲੀ ਹੋ ਗਈ ਬਾਬਾ ਜੀ, ਏਦਾਂ ਪੈਣਾ ਜੀ, ਸਾਈਂ ਦਾ ਪਤਾ ਬਾਬਾ ਜੀ ਕੀ ਨਾਮ, ਮਹਾਂ ਸਾਈਂ ਸਾਡੀ ਫਰਿਆਦ ਤੇਰੇ ਸਾਈਂ, ਹੈ ਕਹਿੰਦਾ ਸਾਈਂ ਸਾਡੀ ਫਰਿਆਦ ਤੇਰੇ ਤਾਈਂ, ਇਧਰ ਗੀਤਾਂ ਦਾ ਕੰਮ ਸ਼ੁਰੂ ਹੋ ਗਿਆ, ਨਹੀਂ ਸਾਈਂ ਦਾ ਮਹੱਤਵ ਪਤਾ, ਸਾਈਂ ਨਹੀਂ ਕੁਛ ਪਤਾ ਨੀ, ਸੰਤ ਦਾ ਮਹੱਤਵ ਪਤਾ, ਸਾਈਂ ਤੂੰ ਜੱਗ ਤੇ ਆਈ ਬੇੜਾ ਪਾਰ ਲੋਕਾਂ ਦਾ ਲਾਈ, ਸਾਈਂ ਵੀ ਤੂੰ ਸਾਡੇ ਦਰ ਆਈ ਤੇ ਸੰਗਤਾਂ ਲਿਆਈ ਤੇ ਪੈਸੇ ਟਕਾਈ ਤੇ ਸਾਡੀ ਇੱਜ਼ਤ ਬਣਾਈ। ਵਾਹ ਵਾਹ ਬਾਬੇ ਦਾ ਜਿਹੜਾ ਇਹ, ਲਓ ਲਓ ਦੇਖੋ, ਕਹਿੰਦਾ ਸਾਈਂ ਸਾਡੇ ਦਰ ਆਈ ਸੰਗਤਾਂ ਲਿਆਈ ਪੈਸੇ ਟਕਾਈ, ਪੈਸੇ ਨਾਲ ਕਿਤੇ ਨਾ ਕਿਤੇ ਜ਼ਿਆਦਾ ਮਹੱਤਵ ਪਤਾ, ਨਾ ਤੁਹਾਨੂੰ ਸਾਈਂ ਦਾ ਪਤਾ, ਨਾ ਸੰਤ ਦਾ ਪਤਾ, ਨਾ ਸਾਧੂ ਦਾ ਪਤਾ, ਮਹੱਤਵ ਤੁਹਾਨੂੰ ਪਤਾ ਨਹੀਂ, ਤੁਸੀਂ ਕਿਤੇ ਤਾਂ ਨਹੀਂ ਵੀ ਰੂਪ ਰੇਖਾ ਤੇ ਹੋਰ ਕਾਹਦੇ ਲਈ ਲੱਗੇ ਆਪਾਂ, ਤੇ ਪੈਸਾ ਤਾਂ ਬਣੂਗਾ ਹੀ ਜੇ ਆਹ ਕੰਮ ਚ ਆਏ ਅਸੀਂ, ਗਰੀਬ ਥੋੜੀ ਮਰ ਜਾਗੇ, ਨਾ ਆਪਦੇ ਮਾਂ ਪਿਓ ਨੂੰ ਮਾਰਾਂਗੇ, ਉੱਥੇ ਪੈਸਾ ਖਾਣਾ ਹੀ ਆ ਜੀ, ਅਸੀਂ ਵੀ ਨਾਲ ਹੀ ਤਾਂ ਖਾਣਾ ਹੀ ਆ, ਅਸੀਂ ਵੀ ਖਾਣਾ ਹੀ ਆ, ਠੀਕ ਆ, ਆਪਦੇ ਮੇਰੇ ਮਾਂ ਪਿਓ ਦਿਹਾੜੀ ਕਰਦੇ ਸੀ, ਉਹ ਅੱਜ ਗੱਡੀਆਂ 'ਚ ਘੁੰਮਦੇ ਆ ਮੇਰੇ ਕਰਕੇ ਘੁੰਮਦੇ। ਤੁਸੀਂ ਦੇਖੋ ਇਹ ਨੌਜਵਾਨ ਵਰਗ, ਇਹਨਾਂ ਦੀਆਂ ਲੱਤਾਂ ਮੁੱਕੀਆਂ, ਸਭ ਕੁਛ ਘੁੱਟ ਰਿਹਾ ਵੀ ਸਾਈਂ ਜੀ ਵੇਖੋ ਦਸਤਾਰਾਂ, ਵੇਖ ਬਿਲਕੁਲ ਇਹ ਇਹ ਗੱਲ ਕਹੀ ਜ਼ਰੂਰ ਆ, ਕਿਉਂਕਿ ਬੇਸ਼ੱਕ ਤੁਹਾਨੂੰ ਇੱਕ ਵੱਡਾ ਮੈਸੇਜ ਆ ਕਿ ਅਸੀਂ ਇਹ ਸਿਰ ਤੇ ਸਜਾਈਆਂ ਹੋਈਆਂ ਪੱਗਾਂ ਕਈ ਵਾਰੀ ਗਾਤਰੇ ਪਾ ਕੇ ਇੱਦਾਂ ਦੇ ਆਪਾਂ ਜਾਂਦੇ ਹਾਂ ਬੂਬੜਿਆਂ ਸਾਧਾਂ ਦੇ ਡੇਰਿਆਂ ਤੇ ਨੱਚਦੇ ਹਾਂ, ਕਰਦੇ ਹਾਂ ਸਾਰਾ ਕੁਛ ਕਰਦੇ ਹਾਂ ਜਿਹੜਾ ਕੁਛ ਸਾਥੋਂ ਹੁੰਦਾ, ਪਰ ਅਸਲ ਦੇ ਵਿੱਚ ਅਸੀਂ ਮਿਹਨਤ ਨਹੀਂ ਕਰਦੇ, ਅਸੀਂ ਜਾਗਰੂਕ ਨਹੀਂ ਹੈਗੇ, ਪਤਾ ਸਾਨੂੰ ਸਾਰਾ ਹੀ ਆ ਵੀ ਇਹ ਗਲਤ ਆ, ਇਹ ਸਹੀ ਆ, ਇਹ ਨਹੀਂ, ਇਹ ਇੱਦਾਂ ਦਾ ਸਿਸਟਮ ਆ, ਇਹ ਸਾਨੂੰ ਸਾਰਾ ਹੀ ਪਤਾ ਗਾ। ਤੁਹਾਡੇ ਤੇ ਬਲੇਮ ਤੁਹਾਡੇ ਸ਼ਰਧਾਲੂਆਂ ਨੇ ਲਾਏ ਆ, ਤੁਹਾਡੇ ਆਉਣ ਵਾਲਿਆਂ ਨੇ ਲਾਏ ਆ, ਪਰ ਲੱਗੇ ਤੁਹਾਡੇ ਤੇ ਬਲੇਮ, ਲੱਗੀ ਜਾਣੇ ਬਲੇਮ, ਹਾਂ
ਇੱਥੇ ਆ ਕੇ ਮੇਰੇ ਸਾਰੇ ਨਾਲੇ ਖਾਂਦੇ ਆ ਨਾਲੇ ਪ੍ਰਾਹੁਣੇ ਨੂੰ ਨਿੰਦੇ ਆ ਨਹੀਂ ਨਿੰਦੇ ਪ੍ਰਾਹੁਣੇ ਤੁਸੀਂ ਸ਼ਬਦ ਕਹੇ ਜੇ ਬੋਲਦੇ ਆ ਫਿਰ ਤੁਹਾਡੇ ਇੱਥੇ ਆਉਣ ਵਾਲੇ ਮੈਨੂੰ ਨਹੀਂ ਗੁੱਸਾ ਕਰਦਾ ਫਿਰ ਇੱਥੇ ਆ ਕੇ ਜਦੋਂ ਕੰਮ ਬਣ ਜਾਂਦਾ ਉਦੋਂ ਤਾਂ ਮੈਨੂੰ ਕਹਿੰਦੇ ਬਾਬਾ ਜੀ ਹੈ ਤੇ ਹੁਣ 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 ਤੁਸੀਂ ਨਾ ਮਾਰੋ ਆ ਪਾਸਪੋਰਟਾਂ ਦੇ ਝਰੀਟਾਂ ਜਦੋਂ ਨਹੀਂ ਵੀਜ਼ਾ ਲੱਗਦਾ ਕਿਉਂ ਕਹਿੰਦੇ ਆ ਤੁਸੀਂ ਜਦੋਂ ਲੱਗਦਾ ਯਾਰ ਅਸੀਂ ਕਹਿੰਦੇ ਲੱਗਦਾ ਤੁਸੀਂ ਇਹ ਤਾਂ ਦੇਖੋ ਜਦੋਂ ਬੰਦਾ ਪੜ੍ਹਿਆ ਨੀ ਲਿਖਿਆ ਕਿਵੇਂ ਲੱਗ ਜੂਗਾ ਯਾਰ ਲੱਗ ਜੂਗਾ ਜਦੋਂ ਮੈਂ ਕਹਿੰਦਾ ਤੁਹਾਡਾ ਆਪਦਾ ਕਿੱਥੋਂ ਦਾ ਲੱਗਿਆ ਸਾਡੇ ਲੱਗੇ ਸਾਰੇ ਪਾਸੇ ਦੇ ਲੱਗੇ ਕਿੱਥੋਂ ਦੇ ਲੱਗੇ ਸਾਰੇ ਬਾਹਰਲੇ ਕੱਢ ਰਹੇ ਬਾਹਰੇ ਦੇਖੋ ਦੇਖੋ ਐਵੇਂ ਕਿੱਥੋਂ ਦਾ ਲੱਗਿਆ ਕੋਈ ਦਿਖਾਓ ਪਾਸਪੋਰਟ ਦਿਖਾਓ ਕਾਹਦਾ ਲੱਗਿਆ ਤੁਹਾਡਾ ਉਹ ਵਿਖਾ ਮੁੰਡਿਆ ਪਾਸਪੋਰਟ ਕਾ ਪਾਸਪੋਰਟ ਦਿਖਾਓ ਉਹੀ ਮਰੀ ਨਾ ਜੇ ਤੂੰ ਕਾਹਦਾ ਕਾਹਦਾ ਮਰੀ ਨਾ ਮੈਂ ਇਹ ਛਕਣ ਦੇ ਪਾਉਣ ਆਉਂਦੇ ਇੱਥੇ ਫਿਰ ਨਾ ਆਉਣ ਫਿਰ ਗਾਲਾਂ ਗਾਲਾਂ ਕੀ ਆ ਇਹ ਲੈ ਲੈ ਇਹ ਬਾਬਾ ਵੀ ਅਨਪੜ੍ਹ ਦੇ ਚੇਲੇ ਵੀ ਕਾਪੀ ਕਾਹਦੀ ਅਮਰੂਤੀ ਗੱਡੀ ਦੀ ਕਾਪੀ ਆ ਦਿਖਾਈ ਮੜੇ ਕੈਮਰਾਮੈਨ ਲੈ ਲੈ ਹੁਣ ਹੁਣ ਫੜ ਦੇ ਕਾਹਦੀ ਗੱਲਾਂ ਤੁਸੀਂ ਦੱਸੋ ਅਰੇ ਬੈਂਕ ਦੇ ਬੈਂਕ ਦੀ ਬੈਂਕ ਕਾਹਦੀ ਬੈਂਕ ਦੀ ਚਲੋ ਯਾਰ ਚਲੋ ਚਲੋ ਤੁਸੀਂ ਤੁਸੀਂ ਦੇਖੋ ਸਗਨ ਪਾਉਣ ਆਉਂਦੇ ਆ ਫਲਾਨਾ ਢੀਂਗੜਾ ਕੁਛ ਕਰਨ ਆਉਂਦੇ ਆ ਠੀਕ ਆ ਹੁਣ ਤੁਸੀਂ ਦੱਸੋ ਵੀ ਕੀ ਤੁਸੀਂ ਇੱਥੇ ਜਾਣਾ ਪਸੰਦ ਕਰਦੇ ਹੋ ਅਸੀਂ ਤਾਂ ਮਲੂਕਾ ਟੀਵੀ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਕੀਤੀ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਡੇਰੇ ਜਿਹੜੇ ਖੁੱਲ੍ਹੇ ਨੇ ਜਿੱਥੇ ਚਲਮਾਂ ਸੂਟੇ ਸ਼ਰਾਬਾਂ ਪਤਾ ਨਹੀਂ ਕੀ ਕੁਛ ਚੱਲਦਾ ਜੇ ਤੁਸੀਂ ਜਾਂਦੇ ਹੋ ਤੁਹਾਡੀ ਸ਼ਰਧਾ ਫਿਰ ਜਾਓ ਜੀ ਸਦਕੇ ਠੀਕ ਆ ਕੋਈ ਮੂੰਹ 'ਚ ਵੀ ਨਹੀਂ ਕਿਸੇ 'ਤੇ ਨਸ਼ਾ ਪਾਉਂਦਾ ਪਰ ਜਿੰਨਾ ਚਿਰ ਇਹ ਚੀਜ਼ਾਂ ਚੱਲਦੀਆਂ ਉਨਾ ਚਿਰ ਤੁਸੀਂ ਕੀ ਸਮਝਦੇ ਹੋ ਕਲਾਕਾਰਾਂ ਨੇ ਜਾਣਾ ਉਹਨਾਂ ਦਾ ਕੰਮ ਆ ਬਾਈ ਉਹਨਾਂ ਨੂੰ ਉਹਨਾਂ ਦੇ ਪੈਸੇ ਮਿਲਣੇ ਉਹਨਾਂ ਨੂੰ ਉਹਨਾਂ ਦੇ ਸ਼ੋਅ ਲਾਉਣੇ ਆ ਪਰ ਮੈਨੂੰ ਇੱਕ ਗੱਲ ਇਹ ਦੱਸ ਦਿਓ ਵੀ ਜਿਹੜੇ ਬਿਨਾਂ ਸ਼ੋਅ ਤੋਂ ਜਾਂਦੇ ਆ ਹਨਾ ਜਿਹੜੇ ਉਹਨਾਂ ਦੇ ਮਗਰ ਲਾ ਕੇ ਜਾਂਦੇ ਆ ਜਾਂ ਫਿਰ ਕੱਲ ਨੂੰ ਕੋਈ ਉੱਥੇ ਗੱਲਬਾਤ ਹੁੰਦੀ ਹੈ ਫਿਰ ਜਾਂਦੇ ਕਿਉਂ ਆ ਇਹਦੇ ਵਿੱਚ ਉਹਦਾ ਕਸੂਰ ਘੱਟ ਆ ਸਾਈਂ ਦਾ ਮੈਂ ਕਹਿੰਦਾ ਜਿਹੜੇ ਸਾਡੇ ਲੋਕ ਮਗਰ ਜਾਂਦੇ ਆ ਚਮਚੇ ਉਹਨਾਂ ਦਾ ਕਸੂਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਤੁਸੀਂ ਤੁਸੀਂ ਇਹ ਗੱਲ ਦੱਸੋ ਉਹਨਾਂ ਦਾ ਕਿਤੇ ਜ਼ਿਆਦਾ ਕਸੂਰ ਆ ਹੈ ਲੀਡਰਾਂ ਨੇ ਜਾਣਾ ਉਹਨਾਂ ਨੇ ਤਾਂ ਵੋਟਾਂ ਵੋਟਾਂ ਮੰਗਣੀਆਂ ਪਰ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ